ਹਾਂਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬੀ ਗਾਇਕ ਗੁਲਾਬ ਸਿੱਧੂ ਦੀ ਨਵੀਂ ਕੰਟਰੋਵਰਸੀ ਬਾਰੇ ਜਿਹੜੀ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਤੁਸੀਂ ਸਾਰਿਆਂ ਨੇ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣੀਆਂ ਪਰ ਉਸ ਤੋਂ ਪਹਿਲਾਂ ਤੁਸੀਂ ਸਾਰੇ ਜਣੇ ਆਪਣੇ ਪੀਵੀ ਮੀਡੀਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਰ ਵੀਡੀਓਜ਼ ਦੇਖਣ ਦੇ ਲਈ ਤਾਂ ਇੱਕ ਦੋ ਦਿਨ ਪਹਿਲਾਂ ਗੁਲਾਬ ਸਿੱਧੂ ਦਾ ਇੱਕ ਲਾਈਵ ਸ਼ੋਅ ਸੀ ਕਿਸੇ ਪਿੰਡ ਦੇ ਵਿੱਚ ਅਤੇ ਉੱਥੇ ਤੋਂ ਉਹਨੂੰ ਸਾਰੇ ਨਹੀਂ ਦੱਸ ਦिए ਵੀ ਬਾਉਂਸਰਾਂ ਦੇ ਵੱਲੋਂ ਕੁਝ-ਕੁਝ ਮੁੰਡਿਆਂ ਦੇ ਨਾਲ ਕਾਫੀ ਜ਼ਿਆਦਾ ਧੱਕਾ ਕੀਤਾ ਗਿਆ ਜਿੱਥੇ ਕਿ ਜਦੋਂ ਉਹ ਫੋਟੋ ਖਿਚਾਉਣ ਦੇ ਲਈ ਗੁਲਾਬ ਸਿੱਧੂ ਦੇ ਕੋਲ ਗਏ ਤਾਂ ਸਟੇਜ ਤੇ ਕਾਫੀ ਜ਼ਿਆਦਾ ਇਕੱਠ ਹੋ ਚੁੱਕਿਆ ਸੀਗਾ ਤਾਂ ਜਿਸ ਤੋਂ ਬਾਅਦ ਬਾਉਂਸਰਾਂ ਨੇ ਉਹਨਾਂ ਮੁੰਡਿਆਂ ਨੂੰ ਚੱਕ-ਚੱਕ ਹੇਠਾਂ ਮਾਰਿਆ ਸਟੇਜ ਤੋਂ ਜਿਸ ਕਾਰਨ ਉਹ ਮੁੰਡੇ ਕਾਫੀ ਭੈੜੇ ਵੀ ਡਿੱਗੇ ਤੇ ਇਸੇ ਧੱਕੇ ਮੁੱਕੀ ਦੇ ਦੌਰਾਨ ਇੱਕ ਬੰਦੇ ਦੀ ਉੱਥੇ ਪੱਗ ਵੀ ਲੈ ਗਈ ਜਿਸ ਕਰਕੇ ਕਿ ਸਾਰਾ ਮੁੱਦਾ ਬਾਅਦ ਦੇ ਵਿੱਚ ਪਖੇ ਤੇ ਜਿਸ ਤੋਂ ਬਾਅਦ ਗਲਾਬ ਸਿੱਧੂ ਨੂੰ ਇਹ ਸ਼ੋਅ ਬੰਦ ਕਰਨ ਦੇ ਲਈ ਕਿਹਾ ਗਿਆ ਤੇ ਗਲਾਬ ਸਿੱਧੂ ਨੇ ਪਹਿਲਾਂ ਤਾਂ ਪੂਰੀ ਨਮਰਤਾ ਦੇ ਨਾਲ ਉਹਨਾਂ ਨਾਲ ਗੱਲ ਕੀਤੀ ਪਰ ਉੱਥੇ ਤੁਹਾਨੂੰ ਸਾਰੇ ਨਹੀਂ ਦੱਸ ਦਈਏ ਵੀ ਉਹ ਗਲਾਬ ਸਿੱਧੂ ਤੇ ਇੰਨਾ ਜ਼ਿਆਦਾ ਨਾਰਾਜ਼ ਹੋ ਚੁੱਕੇ ਸੀ ਉਸਦੇ ਬੌਂਸਰਾਂ ਕਰਕੇ ਕਿ ਉੱਥੇ ਇੱਕ ਮੁੰਡਾ ਟਰੈਕਟਰ ਲਿਆ ਆ ਕੇ ਉਸ ਸਟੇਜ ਦੇ ਵਿੱਚ ਮਾਰਦਾ ਜਿਸ ਦੇ ਉੱਪਰ ਗਲਾਬ ਸਿੱਧੂ ਖੜਾ ਹੁੰਦਾ ਜਿਸ ਤੋਂ ਬਾਅਦ ਕਿ ਗਲਾਬ ਸਿੱਧੂ ਉੱਥੋਂ ਭੱਜ ਜਾਂਦਾਗਾ ਬਾਕੀ ਇਸ ਪੂਰੇ ਮੁੱਦੇ ਬਾਰੇ ਤੁਹਾਡਾ ਕੀ ਕਹਿਣਾਗਾ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੋਰ ਵੀਡੀਓਜ਼ ਦੇਖਣ ਦੇ ਲਈ